ਨਜਾਇਜ਼ ਸਬੰਧਾਂ ਦੇ ਚਲਦਿਆਂ ਇੱਕ ਸਾਲੇ ਦੇ ਵੱਲੋਂ ਆਪਣੇ ਜੀਜੇ ਅਤੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਜੀਜੇ ਦੇ ਸਾਲੇ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਸੀ ਅਤੇ ਦੋਵੇਂ ਪਿਛਲੇ 5 ਦਿਨਾਂ ਤੋਂ ਘਰੋਂ ਬਾਹਰ ਸੀ ਤੇ ਜਿਵੇਂ 6ਵੇਂ ਹੀ ਦਿਨ ਉਹ ਘਰ ਵਾਪਸ ਆਏ ਤਾਂ ਕਿਹਾ ਜਾ ਰਿਹਾ ਹੈ ਕਿ ਗੁੱਸੇ ਦੇ ਵਿੱਚ ਆਏ ਸਾਲੇ ਨੇ ਦੋਵਾਂ ਦਾ ਹੀ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ। ਦੱਸ ਦਈਏ ਕਿ ਇੱਕ ਪਿੰਡ ਦੇ ਵਿੱਚ ਇਹ ਡਬਲ ਮਰਡਰ ਦਾ ਮਾਮਲਾ ਸਾਹਮਣੇ ਆਇਆ। ਨਜਾਇਜ਼ ਸਬੰਧਾਂ ਦੇ ਚਲਦਿਆਂ ਕਿਹਾ ਜਾ ਰਿਹਾ ਹੈ ਕਿ ਜੀਜੇ ਅਤੇ ਆਪਣੀ ਪਤਨੀ ਦਾ ਸਾਲੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਖਬਰ ਫਰੀਦਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 3 ਤੋਂ 4 ਸਾਲਾਂ ਤੋਂ ਜੀਜੇ ਦੇ ਸਾਲੇ ਦੀ ਪਤਨੀ ਨਾਲ ਨਜਾਇਜ਼ ਸਬੰਧ ਸੀ। ਦੋਵਾਂ ਦੇ ਵਿੱਚ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਕਿਹਾ ਜਾ ਰਿਹਾ ਹੈ ਕਿ 5 ਦਿਨਾਂ ਤੋਂ ਦੋਵੇਂ ਜਦੋਂ ਘਰੋਂ ਫਰਾਰ ਹੋ ਜਾਂਦੇ ਨੇ ਤਾਂ ਗੁੱਸੇ ਦੇ ਵਿੱਚ ਆਏ ਸਾਲੇ ਦੇ ਵੱਲੋਂ ਜਦੋਂ ਘਰ ਆਉਂਦੇ ਨੇ ਤਾਂ ਉਹਨਾਂ 'ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ। ਜਿਸ ਤੋਂ ਬਾਅਦ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਆਲੇ ਦੁਆਲੇ ਦੇ ਲੋਕ ਪਹੁੰਚੇ ਨੇ ਮੌਕੇ ਦੇ ਉੱਤੇ ਅਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਇਹਨਾਂ ਦੋਵਾਂ ਨੂੰ ਕਈ ਵਾਰ ਸਮਝਾਇਆ ਵੀ ਗਿਆ ਸੀ ਪਰ ਦੋਵੇਂ ਹੀ ਨਹੀਂ ਸਮਝੇ ਅਤੇ ਹੁਣ ਜਦੋਂ ਉਹ ਘਰੋਂ ਫਰਾਰ ਹੋ ਗਏ ਤਾਂ ਗੁੱਸੇ ਦੇ ਵਿੱਚ ਆਏ ਸਾਲੇ ਨੇ ਇਹ ਖੌਫਨਾਕ ਕਾਂਡ ਕਰ ਦਿੱਤਾ ਜਿਸ ਦੇ ਵਿੱਚ ਜੀਜੇ ਅਤੇ ਆਪਣੀ ਹੀ ਪਤਨੀ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੀ ਯਹਾਂ ਪੇ ਚਾਂਦਪੁਰਾ ਮੇਂ ਯੇ ਦੋ ਬੋਡੀਜ਼ ਮਿਲੀ ਹੈ ਹਮੇਂ। ਜਗਸੀਰ ਹੈ ਜੋ ਬਬਨਪੁਰ ਕਾ ਰਹਿਣੇ ਵਾਲਾ ਹੈ ਔਰ ਮੂਰਤੀ ਹੈ ਜੋ ਯਹੀਂ ਪੇ ਜਿਸ ਘਰ ਕੇ ਬਾਹਰ ਬੋਡੀ ਮਿਲੀ ਹੈ ਵਹੀਂ ਪੇ ਮੈਰਿਜ ਥੀ ਤੋ ਯੇ ਰਿਲੇਟਡ ਹੈ ਆਪਸ ਮੇਂ। ਤੋ ਯੇ ਬੋਡੀਜ਼ ਮਿਲੀ ਹੈ 30-32 ਸਾਲ ਇਨਕੀ ਉਮਰ ਹੈ ਤੋ ਅਭੀ ਹਮ ਲੋਗ ਇਨਵੈਸਟੀਗੇਟ ਕਰ ਰਹੇ ਹੈ ਔਰ ਜਲਦ ਹੀ ਹਮ ਇਸਕੋ ਸੋਲਵ ਕਰ ਲੇਂਗੇ ਕੇਸ। ਕਿਤਨੀ ਉਮਰ ਥੀ ਮੈਡਮ ਦੋਨੋਂ ਕੀ? ਦੋਨੋਂ ਕੀ ਉਮਰ ਅਰਲੀ 30s ਮੇਂ ਹੈ ਦੋਨੋਂ। ਬਤਾਇਆ ਜਾ ਰਿਹਾ ਕਿ ਕਈ ਦਿਨੋਂ ਸੇ ਬਾਹਰ ਥੇ ਮੈਮ। ਹਾਂਜੀ ਇਹ ਬਾਤ ਆਈ ਹੈ ਹਮਾਰੇ ਨੋਟਿਸ ਮੇਂ ਬਾਕੀ ਅਭੀ ਇਹ ਸਾਰਾ ਇਨਵੈਸਟੀਗੇਸ਼ਨ ਕਾ ਮੈਟਰ ਹੈ। ਨਜਾਇਜ਼ ਸਬੰਧਾਂ ਦੇ ਚਲਦਿਆਂ ਇੱਕ ਸਾਲੇ ਦੇ ਵੱਲੋਂ ਆਪਣੇ ਜੀਜੇ ਅਤੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਜੀਜੇ ਦੇ ਸਾਲੇ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਸੀ ਅਤੇ ਦੋਵੇਂ ਪਿਛਲੇ 5 ਦਿਨਾਂ ਤੋਂ ਘਰੋਂ ਬਾਹਰ ਸੀ ਤੇ ਜਿਵੇਂ 6ਵੇਂ ਹੀ ਦਿਨ ਉਹ ਘਰ ਵਾਪਸ ਆਏ ਤਾਂ ਕਿਹਾ ਜਾ ਰਿਹਾ ਹੈ ਕਿ ਗੁੱਸੇ ਦੇ ਵਿੱਚ ਆਏ ਸਾਲੇ ਨੇ ਦੋਵਾਂ ਦਾ ਹੀ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ। ਦੱਸ ਦਈਏ ਕਿ ਇੱਕ ਪਿੰਡ ਦੇ ਵਿੱਚ ਇਹ ਡਬਲ ਮਰਡਰ ਦਾ ਮਾਮਲਾ ਸਾਹਮਣੇ ਆਇਆ। ਨਜਾਇਜ਼ ਸਬੰਧਾਂ ਦੇ ਚਲਦਿਆਂ ਕਿਹਾ ਜਾ ਰਿਹਾ ਹੈ ਕਿ ਜੀਜੇ ਅਤੇ ਆਪਣੀ ਪਤਨੀ ਦਾ ਸਾਲੇ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਖਬਰ ਫਰੀਦਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 3 ਤੋਂ 4 ਸਾਲਾਂ ਤੋਂ ਜੀਜੇ ਦੇ ਸਾਲੇ ਦੀ ਪਤਨੀ ਨਾਲ ਨਜਾਇਜ਼ ਸਬੰਧ ਸੀ। ਦੋਵਾਂ ਦੇ ਵਿੱਚ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਕਿਹਾ ਜਾ ਰਿਹਾ ਹੈ ਕਿ 5 ਦਿਨਾਂ ਤੋਂ ਦੋਵੇਂ ਜਦੋਂ ਘਰੋਂ ਫਰਾਰ ਹੋ ਜਾਂਦੇ ਨੇ ਤਾਂ ਗੁੱਸੇ ਦੇ ਵਿੱਚ ਆਏ ਸਾਲੇ ਦੇ ਵੱਲੋਂ ਜਦੋਂ ਘਰ ਆਉਂਦੇ ਨੇ ਤਾਂ ਉਹਨਾਂ 'ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ। ਜਿਸ ਤੋਂ ਬਾਅਦ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਆਲੇ ਦੁਆਲੇ ਦੇ ਲੋਕ ਪਹੁੰਚੇ ਨੇ ਮੌਕੇ ਦੇ ਉੱਤੇ ਅਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਇਹਨਾਂ ਦੋਵਾਂ ਨੂੰ ਕਈ ਵਾਰ ਸਮਝਾਇਆ ਵੀ ਗਿਆ ਸੀ ਪਰ ਦੋਵੇਂ ਹੀ ਨਹੀਂ ਸਮਝੇ ਅਤੇ ਹੁਣ ਜਦੋਂ ਉਹ ਘਰੋਂ ਫਰਾਰ ਹੋ ਗਏ ਤਾਂ ਗੁੱਸੇ ਦੇ ਵਿੱਚ ਆਏ ਸਾਲੇ ਨੇ ਇਹ ਖੌਫਨਾਕ ਕਾਂਡ ਕਰ ਦਿੱਤਾ ਜਿਸ ਦੇ ਵਿੱਚ ਜੀਜੇ ਅਤੇ ਆਪਣੀ ਹੀ ਪਤਨੀ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੀ ਯਹਾਂ ਪੇ ਚਾਂਦਪੁਰਾ ਮੇਂ ਯੇ ਦੋ ਬੋਡੀਜ਼ ਮਿਲੀ ਹੈ ਹਮੇਂ। ਜਗਸੀਰ ਹੈ ਜੋ ਬਬਨਪੁਰ ਕਾ ਰਹਿਣੇ ਵਾਲਾ ਹੈ ਔਰ ਮੂਰਤੀ ਹੈ ਜੋ ਯਹੀਂ ਪੇ ਜਿਸ ਘਰ ਕੇ ਬਾਹਰ ਬੋਡੀ ਮਿਲੀ ਹੈ ਵਹੀਂ ਪੇ ਮੈਰਿਜ ਥੀ ਤੋ ਯੇ ਰਿਲੇਟਡ ਹੈ ਆਪਸ ਮੇਂ।
तो ये बॉडीज मिली है, 30-32 साल इनकी उम्र है। तो अभी हम लोग इन्वेस्टिगेट कर रहे हैं और जल्द ही हम इसको सॉल्व कर लेंगे केस। कितनी उम्र थी मैडम इन दोनों की? दोनों की उम्र अर्ली 30s में है दोनों। बताया जा रहा है कि ये कई दिनों से बाहर थे मैम। हाँ जी, ये बात आई है हमारे नोटिस में, बाकी अभी ये सारा इन्वेस्टिगेशन का मैटर है।